ਹਾਂਜੀ ਤੇ ਨੁਮਾਨ ਮਾਸ਼ਾਅੱਲਾ ਹੋ ਗਿਆ ਤਿਆਰ। ਕੰਘਾ ਕੋਈ ਨੀ ਕੀਤਾ ਹਾਲੇ, ਜੁੱਤੀ ਵੀ ਨੀ ਪਾਈ ਹਾਲੇ ਤੱਕ ਯਾਰ, ਬੜਾ ਪਿਆਰਾ ਲੱਗ ਰਿਹਾ। ਕਿਆ ਬਾਤ, ਛਾਪਰ ਫਿਰ ਉਹਨਾਂ ਨੂੰ ਕੱਪੜੇ ਲੈ ਕੇ ਆਣੇ ਨੇ, ਹੁਣ ਵੀ ਅੱਜ ਮਹਿੰਦੀ ਵਾਲੇ ਹੋਰ ਹੋਣਗੇ, ਦੂਸਰੇ ਹੋਰ ਹੋਣਗੇ, ਇਹ ਨਨ ਚੀਜ਼ ਚੱਕ ਦੇ। ਇੰਨੇ ਜ਼ਿਆਦਾ ਜਿਹੜਾ ਕੜਕ ਨੋਟ ਤਾਂ ਨਹੀਂ ਨੇ। ਇਹ ਲਈ ਚਾਰ ਕਾਪੀਆਂ ਜਿਹੜੀਆਂ ਲੈ ਕੇ ਮੈਂ, ਕਿਉਂ ਪਹਿਲਾਂ ਤੇ ਅੰਦਰ ਰੱਖ ਦੇ ਤੇ ਰੋਟੀ ਸਾਲਾਂ ਦੀ ਜਿਹੜੀ ਤਿਆਰੀ ਕਰ, ਮਸਾਲਾ ਵਗੈਰਾ ਜਿਹੜਾ ਬਣਾ ਇੰਦਰ ਰੱਖ ਦੇ ਉਧਰ ਜਿਹੜਾ ਸਿਫਲ ਮਾਰੀ, ਠੀਕ ਹੈ। ਮੈਂ ਸਭ ਤੋਂ ਪਹਿਲਾਂ ਲਾਰਾ ਚਾਹ ਲੈਣੀ ਹੈ, ਕਾਹ ਲਾਰਾ ਲਾਰਾ ਚਾੜ ਕੇ ਮੁੰਡੇ ਕੀ ਕਰੋਗੇ ਕੰਮ ਜਿਹੜਾ ਨਾ ਕਾਲੇ ਬਿਸਤਰੇ ਵਗੈਰਾ ਜਿਹੜੇ ਨਾ ਆ ਜੇ ਤਾਂ ਵੀ ਕਾਹ ਕੱਢ ਲੈਣ ਨਵੇਂ ਸਾਰੇ। ਚਲੋ ਠੀਕ ਹੋ ਗਏ, ਹਾਂ ਬਿਸਤਰੇ ਮਹਿਮਾਨਾਂ ਵਾਸਤੇ ਜਿਹੜੇ ਨਾ ਕੱਢ ਕੇ ਰੱਖ ਲੈਣੇ। ਔਰ ਜੀ ਚੈਨਲ ਸਾਡੇ ਸਾਰੇ ਦੀ ਮਹੀਨੇ ਦੀ ਕਮਾਈ ਜਿਹੜੀ ਨਾ ਮੁਕੰਮਲ ਹੀ ਖਰਚ ਹੋ ਗਈ ਆ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਦੁਆ ਕਰਨਾ ਮੇਰੇ ਤਮਾਮ ਭੈਣ ਵੀਰ ਜਿੱਥੇ ਰਹੇ ਖੁਸ਼ ਰਹਿਣ, ਬਾਦ ਰਹੇ ਹਮੇਸ਼ਾ, ਹੱਸਦੇ ਮੁਸਕਰਾਉਂਦੇ ਰਹਿਣ। ਔਰ ਸਾਰੇ ਘਰ ਦੀ ਸਾਫ਼ ਸਫਾਈ ਹੋ ਗਈ ਆ ਮੁਕੰਮਲ, ਔਰ ਮਹਿਮਾਨ ਵੀ ਸਾਡੇ ਤਕਰੀਬਨ ਜਿਹੜੇ ਨਾ ਘੰਟੇ ਤੀਕਰ ਜਿਹੜੇ ਨਾ ਪਹੁੰਚ ਜਾਣੇ, ਔਰ ਬੇਗਮ ਜਿਹੜੇ ਇਸ ਕਮਰੇ ਦੀ ਸਾਰੀ ਸਾਫ਼ ਸਫਾਈ ਕਰ ਲਈ, ਔਰ ਐਦਲੇ ਦੀ ਔਰ ਐਦਲੇ ਸਾਰੇ ਕਮਰਿਆਂ ਦੀ ਜਿਹੜੀਆਂ ਤਿੰਨਾਂ ਦੀ ਸਾਫ਼ ਸਫਾਈ ਜਿਹੜੀ ਹੋ ਗਈ ਆ ਮੁਕੰਮਲ। ਬੈੱਡ ਸ਼ੀਟ ਜਿਹੜੀ ਨਾਲ ਤੀਕਰ ਜਿਹੜੀ ਨਾ ਉਹ ਵਿਛਾਉਣ ਵਾਲੀਆਂ ਨਾ, ਬਾਕੀ ਸਾਰੇ ਜਿਹੜੇ ਨਾ ਕਮਰੇ ਜਿਹੜੇ ਨਾ ਸਾਫ਼ ਸੁਥਰੇ ਜਿਹੜੇ ਨਾ ਹੋ ਗਏ ਨਾ ਮੁਕੰਮਲ। ਔਰ ਪਰਦੇ ਵੀ ਜਿਹੜੇ ਨਾ ਉਹ ਵੀ ਤੁਸੀਂ ਕੱਲ੍ਹ ਜਿਹੜੇ ਦੇਖਿਆ ਨਾ, ਪਰਦੇ ਜਿਹੜੇ ਨਾ ਉਹ ਵੀ ਲੱਗ ਗਿਆ, ਅਤੇ ਉਧਰਲੇ ਕਮਰੇ ਦਾ ਪਰਦਾ ਜਿਹੜਾ ਲਾਉਣਾ, ਲੇਕਿਨ ਉੱਧਰ ਕਮਰੇ ਵਾਸਤੇ ਪੈਪ ਕੋਈ ਨਹੀਂ ਆ, ਵੈਸੇ ਜਿਹੜੇ ਨਾ ਰੱਸੀ ਬੰਨ੍ਹ ਕੇ ਨਾ, ਅਤੇ ਉਹਦੇ ਨਾਲ ਜਿਹੜੇ ਨਾ ਲਾਉਣਾ। ਔਰ ਇਧਰਲੇ ਕਮਰੇ ਦੀ ਜਿਹੜੀ ਨਾ ਸਾਫ਼ ਸਫਾਈ ਹੋ ਗਈ ਆ ਸਾਰੀ ਮੁਕੰਮਲ, ਮੰਜੇ ਜਿਹੜੇ ਨਾ ਇੱਥੇ ਹੁਣ ਪਾ ਕੇ ਨਾ ਇੱਥੇ ਲੈਣੇ, ਜਿਹੜੇ ਨਾ ਤਿੰਨ ਮੰਜੇ ਹੋਰ ਪਾਏ ਜਾਵਣਗੇ, ਤਾਂ ਉਹਨਾਂ ਦੇ ਉੱਪਰ ਜਿਹੜੇ ਨਾ ਕੱਪੜੇ ਵਗੈਰਾ ਜਿਹੜੇ ਨਾ ਇਹ ਵਿਛਾ ਲਵਾਂਗੇ। ਔਰ ਦੁੱਧ ਲੈ ਲਿਆ ਅਤੇ ਮੈਂ ਚੱਲਿਆ ਹੁਣ ਸ਼ਹਿਰ, ਬੇਗਮ ਪੁੱਛ ਲੈਂਦੇ ਹਾਂ ਕੀ ਸਮਾਨ ਜਿਹੜੇ ਨਾ ਲੈਣਾ। ਬੈੱਡ ਸ਼ੀਟ ਕੱਢ ਰਹੀਆਂ ਚਲੋ ਠੀਕ ਹੋ ਗਿਆ, ਮੈਂ ਠੀਕ ਲੈ ਆਵਾਂਗਾ। ਔਰ ਸਮਾਨ ਜਿਹੜਾ ਨਾ ਮੈਨੂੰ ਦੱਸ ਦੇਣਾ ਸਮਾਨ ਕੀ ਕੀ ਲੈਣਾ, ਸਮਾਨ ਦੱਸ ਦੇ। ਇੱਕ ਤਾਂ ਗੋਸ਼ਤ ਜਿਹੜਾ ਨਾ 3 ਕਿਲੋ ਲੈ ਲੈਂਦਾ, ਤੇ ਹੋਰ ਕੋਈ ਚੀਜ਼ ਲੈਣੀ ਨਾ ਖਾਣ ਪੀਣ ਵਾਸਤੇ, ਸਲਾਦ ਵਾਸਤੇ ਜੇ ਇੰਨਾ ਕੋਈ ਚੀਜ਼ ਲਈ ਆਵਾਂ ਨਾਲ, ਨਹੀਂ ਖਾਣ ਪੀਣ ਦਾ ਇਹ ਜਾਣਾ ਕਿ ਬਰਾਤ ਆ ਸੁਬਹ, ਵਲੀਮਾ ਵੀ ਸੁਬਹ ਆ, ਸੁਬਹ ਦਾ ਖਾਣਾ ਤਾਂ ਮਹਿਮਾਨ ਜਿਹੜੇ ਨਾ ਉਧਰੋਂ ਸ਼ਾਦੀ ਵਾਲੇ ਘਰੋਂ ਖਾਵਣਗੇ, ਅੱਜ ਦਾ ਖਾਣਾ ਜਿਹੜੇ ਨਾ ਉਹਨਾਂ ਦਾ ਇੱਥੇ ਜਿਹੜੇ ਨਾ ਅਸੀਂ ਘਰੇ ਪਕਾਵਾਂਗੇ, ਅਤੇ ਉਹਦੀ ਵਜ੍ਹਾ ਨਾਲ ਜਿਹੜੇ ਨਾ ਮੈਂ ਜਾ ਰਿਹਾ ਸ਼ਹਿਰ, ਮੈਂ ਕਿ ਜਿਹੜੇ ਨਾ ਸਾਰਾ ਇੰਤਜ਼ਾਮ ਕਰ ਲਈ ਉਹਨਾਂ ਦੇ ਅੰਤ ਪਹਿਲੇ ਜਿਹੜੇ ਨਾ ਖਾਣਾ ਤਿਆਰ ਕਰ ਲਈ ਸਾਂ, ਠੀਕ ਹੈ ਨਾ, ਜੇ ਸ਼ਾਮ ਤੀਕ ਹੀ ਹੋ ਜਾਵੇਗਾ। ਚਲੋ ਵੇਖੀ ਆਵਾਂਗਾ, ਮਿਲ ਗਿਆ ਉੱਥੋਂ ਲਈ ਆਵਾਂਗਾ, ਕਵਰ ਤਾਂ ਪਏ ਨੇ ਆਪਣੇ ਕੋਲ। ਹਾਂ ਚਲ ਠੀਕ, ਨਹੀਂ ਪਾ ਲੈਣੇ ਠਹਿਰ ਕੇ, ਅਗਰ ਬੱਚੇ ਖਰਾਬ ਕਰਾਂਗੇ, ਮਹਿਮਾਨ ਆਏ ਤੇ ਆਉਣ ਤੋਂ ਪਹਿਲੇ ਮਧੁਰ ਸ਼ਹਿਰ ਹੋ ਕੇ ਆ ਜਾਣਾ ਨਾ, ਫਿਰ ਵਿਛਾ ਲਵਾਂਗੇ, ਠੀਕ ਹੈ ਨਾ। ਅਗਰ ਦਰਵਾਜ਼ਾ ਜਿਹੜਾ ਬੰਦ ਕਰ ਦੇ, ਤੇ ਮੈਂ ਵੀ ਇਨਸ਼ਾਅੱਲਾ ਜਿਹੜਾ ਚੱਲਣਾ।
ਦੁਕਾਨ ਜਿਹੜੀ ਹੁਣ ਬੰਦ ਕਰਤੀ ਹੈ, ਚੱਲ ਕੇ ਜਾਣਾ ਸਾਰਾ ਤੋਂ ਪਹਿਲਾਂ ਜਾਣਾ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਇਹ ਸਾਰੀਆਂ ਮੁਕੰਮਲ ਜਿਹੜੀਆਂ ਲੈ ਕੇ ਆਉਂਦੇ ਹਾਂ। ਸੁਬਹਾ ਸੁਬਹਾ ਅਸੀਂ ਕੰਮ ਕਾਫੀ ਸਾਰਾ ਜਿਹੜਾ ਕੀਤਾ, ਇੱਥੇ ਜਿਹੜਾ ਬੜੋਲੀ ਪਏ ਸੀ ਦਾਣਿਆਂ ਲਈ ਉਹ ਹਟਾਈ ਆ, ਟੋਕਾ ਪਿਆ ਸੀ ਉਹ ਹਟਾਇਆ, ਖੁਰਜੀ ਵਗੈਰਾ ਸਾਰੇ ਸੇਨ ਦੀ ਮੁਕੰਮਲ ਸਾਫ਼ ਸਫਾਈ ਜਿਹੜੀ ਨਾ ਕਰ ਲਈਏ, ਟੋਕਾ ਉਹ ਅਗਲੇ ਸਿਰੇ 'ਤੇ ਜਿਹੜਾ ਮਿੱਟੀ ਦੇ ਕੋਲ ਜਾ ਕੇ ਰੱਖ ਲਿਆ। ਹਾਂਜੀ, ਅਤੇ ਸ਼ਹਿਰ 'ਚ ਸਮਾਨ ਲੈ ਕੇ ਮੈਂ ਵਾਪਸ ਆ ਗਿਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਲੈ ਲਈਆਂ। ਮਸਾਲਾ ਜਿਹੜਾ ਰਹਿੰਦਾ ਸੀ ਮੈਂ ਕਿਹਾ ਵਾਪਸੀ 'ਤੇ ਜਾ ਕੇ ਆਪਣੀ ਦੁਕਾਨ ਤੋਂ ਲਵਾਂਗੇ, ਔਰ ਮਸਾਲਾ ਜਿਹੜਾ ਬਾਈ ਸਾਰਾ ਜਿਹੜਾ ਕਰ ਲਿਆ, ਪਿਆਜ਼ ਟਮਾਟਰ ਮਿਰਚਾਂ ਤੇਰੇ ਕੋਲ 10 ਰੁਪਏ ਪੈਕਟ ਮਗਰ ਲਵਾਂਗੇ ਮੁਨਾਫਾ ਨਹੀਂ ਲੈਤੀਆਂ ਦਾ ਲੈ ਲਾ ਜ਼ਿਆਦਾ ਹੋ ਜਾਂਦੇ ਨੇ ਫਿਰ ਮਸਾਲੇ ਪੈਂਦੇ ਰਹਿਣਗੇ। ਚਲੋ ਠੀਕ ਹੈ ਯਾਰ, ਅਸੀਂ ਇਸੇ ਤਰੀਕੇ ਵੇਚਦੇ ਹਾਂ, 10 ਰੁਪਏ ਮੁਨਾਫੇ ਨਾਲ 20 ਰੁਪਏ ਨਾ ਕਿਸੇ ਨੂੰ 70-80 ਦਿੰਦੇ ਆ। ਨਹੀਂ ਨਹੀਂ ਬਹੁਤ ਅੱਛਾ ਕਰਦੇ ਹੋ, ਬਿਲਕੁਲ ਮੁਨਾਸਬ ਮੁਨਾਫਾ ਹੋਣਾ ਚਾਹੀਦਾ। ਅੱਛਾ ਵੀ ਚਲੋ ਦਿੰਦੇ ਆ, ਖੀਰੇ ਵੀ ਦਿੰਦੇ ਆ, ਸਲਾਦ ਵਾਸਤੇ। ਹਾਂ ਸਲਾਦ ਵਾਸਤੇ ਸਰ, ਸਾਰਾ ਮਸਾਲਾ ਵਗੈਰਾ ਜੇ ਲੈ ਲੈਣੇ ਆ। ਮਹਿਮਾਨ ਸ਼ਾਇਦ ਆ ਹੀ ਗਏ ਹੋਣ ਤੇ ਕੀ ਪਤਾ, ਬਲਕਿ ਹਾਲੇ ਤੱਕ ਨਹੀਂ ਆਏ ਹੋਣੇ, ਤਕਰੀਬਨ ਕਹਿ ਰਹੇ ਹਾਂ 3:30 ਵਜੇ ਤੱਕ ਆਵਾਂਗੇ, 1:30 ਦਾ ਟਾਈਮ ਹੋ ਗਿਆ, 3:30 ਵਜੇ ਤੱਕ ਮਹਿਮਾਨ ਵੀ ਆ ਜਾਣਗੇ। ਔਰ ਸ਼ਾਦੀਆਂ 'ਤੇ ਇੰਨਾ ਖਰਚਾ ਕੋਈ ਨਹੀਂ ਆਉਣਾ ਸੀ, ਲੇਕਿਨ ਬਹੁਤ ਹੀ ਕਰੀਬੀ ਸ਼ਾਦੀ ਹੈ, ਇਸ ਕਰਕੇ ਜਿਹੜਾ ਨਾ ਇੰਨਾ ਜ਼ਿਆਦਾ ਜਿਹੜਾ ਖਰਚਾ ਹੋ ਗਿਆ। ਕਾਫੀ ਸਾਰੇ ਬੈਂਡੀਆਂ ਨੇ ਜਿੰਨਾ ਖਰਚਾ ਜਿਹੜਾ ਨਾ ਸ਼ਾਦੀ 'ਤੇ ਜਿਹੜਾ ਨਾ ਕਰ ਰਹੇ ਹੋ, ਲੇਕਿਨ ਇਹ ਹੁਣ ਕਰਨਾ ਪੈਣਾ, ਕਿਉਂਕਿ ਫਿਰ ਜੇ ਹਾਲੀ ਤੱਕ ਜਿਹੜਾ ਮੈਂ ਲੈ ਕੇ ਆਇਆ, ਦੂਸਰੇ ਜਿਹੜੇ ਨੋਟ ਹੀ ਮਤਲਬ ਜਿਹੜਾ ਉੱਪਰੋਂ ਵੇਲਾਂ ਦੇਣ ਵਾਲੇ ਆ, ਮਹਿੰਦੀ ਦੇ ਟਾਈਮ 'ਤੇ ਜਿਹੜਾ ਪੈਸੇ ਵਗੈਰਾ ਜਿਹੜਾ ਦਵਿੰਦਰ ਨਾ ਉਹ ਵਾਲੇ ਜਿਹੜੇ ਨਾ ਕਾਪੀਆਂ ਲੈ ਕੇ ਆਇਆ ਮੈਂ 4, ਉਹ ਘਰੇ ਚੱਲ ਕੇ ਤੁਹਾਨੂੰ ਦਿਖਾਉਣਾ। ਹਾਂਜੀ, ਅਤੇ ਮੈਂ ਵੀ ਘਰੇ ਪਹੁੰਚ ਗਿਆ, ਔਰ ਮਸਾਲਾ ਵਗੈਰਾ ਸਾਰਾ ਜਿਹੜਾ ਬਾਈ ਉਹਨਾਂ ਕੋਲ ਲੈ ਲਿਆ, ਆਹ ਸਮਾਨ ਜਿਹੜਾ ਸਾਰਾ ਲੈਣ ਦਾ, ਮਸਾਲਾ ਇੱਥੋਂ ਲੈ ਲਿਆ ਬਾਈ ਅਹਿਮਦ ਅਲੀ ਕੋ, ਅਤੇ ਸਾਰੀ ਚੀਜ਼ ਜਿਹੜਾ ਇਹ ਮਿਠਿਆਈ ਦੇ ਜਿਹੜਾ ਇੱਕ ਡੱਬਾ ਲੈ ਕੇ ਮੈਂ ਆਇਆ, 1 ਕਿਲੋ ਦਹੀਂ ਲੈਣ ਦੀ ਆ, ਅਤੇ ਇਹ ਦੂਸਰੀ ਸਲਾਦ ਅਤੇ ਮਸਾਲਾ ਲੈਣ ਦਾ, ਇਹ ਲੈ ਜਿਹੜਾ ਫਰੈਸ਼ ਨੋਟ ਜਿਹੜਾ ਇਹ ਲੈਂਦੀਆਂ ਨੇ 4 ਕਾਪੀਆਂ। ਮੈਂ ਕਿਹਾ ਉਹਨਾਂ ਨੂੰ ਫਿਰ ਮੇਰੀ ਦਫ਼ਾ ਜਿਹੜਾ, ਕਿਉਂਕਿ ਜੇ ਢੋਲ ਵਗਾਉਂਦੇ ਨੇ ਉਹਨਾਂ ਨੂੰ ਪੈਸੇ ਤਾਂ ਜਿਹੜਾ ਦੇਣੇ ਹੁੰਦੇ ਨਾ, ਦੁੱਲੇ ਤੋਂ ਵਾਰ ਕੇ ਉਹ ਵਾਲੇ ਲੈਣ ਦੇਣ, 4 ਕਾਪੀਆਂ ਲੈਂਦੀਆਂ ਨੇ। ਖਰਚਾ ਮੈਂ ਕਿਹਾ ਪਹਿਲੀ ਸ਼ਾਦੀ ਆ, ਬਹੁਤ ਹੀ ਜ਼ਿਆਦਾ ਆਪਣਾ ਹੋ ਰਿਹਾ, ਐਵੇਂ ਹੀ ਨਾ। ਚਲੋ ਸਮਾਨ ਲਾ ਲਓ ਸਾਰਾ, ਹਾਂ ਮਹਿਮਾਨਾਂ ਦੀ ਨਹੀਂ ਸ਼ਾਦੀ 'ਤੇ ਆਉਣਾ ਜ਼ਿਆਦਾ। ਔਰ ਇੱਕ ਚੀਜ਼ ਹਾਲੀ ਤੀਕਰ ਹੀ ਆਪਣੀ ਰਹਿ ਗਈ ਆ, ਹਾਰ ਜਿਹੜਾ ਕੋਈ ਲਿਆ, ਹਾਂ ਹਾਰ ਲੈਂਦਾ ਤਾਂ ਇਹ ਰਹਿ ਜਾਣੇ ਆ, ਤੇ ਇਹ ਲੈਂਦਾ ਨਹੀਂ, ਹੁਣ ਬਸ ਨਿਉਂਦਰ ਪਾਣਾ, ਨਿਉਂਦਰ ਦੇ ਪੈਸੇ ਆਣ ਸਿਰਫ, ਹਾਂ ਕਿਉਂਕਿ ਨਿਉਂਦਰ ਵੀ ਜਿਹੜਾ ਉਧਰ 5,000 ਰੁਪਏ ਜਿਹੜਾ ਨਿਉਂਦਰ ਦੇਣਾ, ਕਿਉਂਕਿ ਜਦੋਂ ਮੇਰੀ ਸ਼ਾਦੀ ਹੋਈ ਹੈ 2,000 ਰੁਪਏ ਨਿਉਂਦਰ ਉਹਨਾਂ ਨੇ ਦਿੱਤਾ ਸੀ, ਕਿਉਂਕਿ ਫੈਮਿਲੀ ਜਿਹੜਾ ਕਾਫੀ ਸਾਰੇ ਆ ਨਾ। ਚਲ 2,000 ਨਿਉਂਦਰ ਦੇ ਦਿੰਦੇ ਹਾਂ, ਤੇ ਇਹ ਕਾਰ ਪਾ ਦਿੰਦੇ ਹਾਂ, ਠੀਕ ਨੇ, ਹਾਰ ਇੱਕ ਐਕਸਟਰਾ ਹੋ ਜਾਵੇਗਾ। ਔਰ ਅੱਧੇ ਮਹਿਮਾਨ ਸਾਡੇ ਪਹੁੰਚ ਜਾਣ, ਬਾਕੀ ਮਹਿਮਾਨ ਆ ਜਾਣੇ, ਕੀ ਚੀਜ਼ ਲਊ, ਕੇਲੇ ਕੋਈ ਨੀ ਲੈਣ ਦੇ, ਖੀਰਾ ਲੈਣਾ, ਹਾਂ ਦੋ ਕੇ ਕੱਟ ਕੇ ਜਿਹੜਾ ਖਾਓ, ਐ ਮੈਂ ਲੈਣ ਦੇ ਨਾਨ ਚਣੇ ਆਪਣੇ ਵਾਸਤੇ, ਹੁਣ ਐ ਚਿਕਨ ਹੀ ਲੈ ਦੇ ਫਰਿੱਜ ਚ ਰੱਖ ਲਾ, ਛਾਪਰ ਫਿਰ ਉਹਨਾਂ ਨੂੰ ਕੱਪੜੇ ਲੈ ਕੇ ਆਣੇ, ਹੁਣ ਵੀ ਅੱਜ ਮਹਿੰਦੀ ਵਾਲੇ ਹੋਰ ਹੋਣਗੇ, ਦੂਸਰੇ ਹੋਰ ਹੋਣਗੇ, ਐ ਨਾਨ ਚੀਜ਼ ਚੱਕ ਕੇ ਦੇ। ਔਰ ਬਾਕੀ ਜਿਹੜਾ ਨੋਟ ਜੇ ਲੈ ਕੇ ਆਇਆ ਨਾ ਮੈਂ, ਉਹ ਤੁਹਾਨੂੰ ਖੋਲ ਕੇ
ਨਿਊ ਫਰੈਸ਼ ਨੋਟ ਤੇ ਜਿਹੜੇ ਨਾ ਕੋਈ ਮਿਲੇ ਨੇ ਮੈਨੂੰ ਥੋੜੇ ਬਹੁਤ ਜਿਹੜੇ ਨਾ ਮਦਾ ਮੈਂ ਕਿਉਂਕਿ ਦੋਤੇ ਨੋਟ ਹੁੰਦੇ ਪਤਾ ਨਹੀਂ ਸਾਫ਼ ਕੀਤੇ ਹੁੰਦੇ ਨੇ ਪਾਣੀ ਨਾਲ ਥੋੜੇ ਬਹੁਤ ਮੈਂ ਚਾਹੇ ਨਵੀਂ ਨਵੀਂ ਜਿਹਾ ਲੱਗਦੇ ਨੇ ਮੈਂ ਕਰਦਾ ਵੀ ਜਾਣ ਪਹਿਲਾਂ ਇਹ ਮੈਨੂੰ ਜਿਹੜੇ ਨਾਲ ਆਪਾਂ ਬਲਕਿ ਸਾਰਾ ਹੀ ਨਾਸ਼ਤਾ ਕਰ ਸਵੇਰੇ ਸੀ ਨਾਸ਼ਤਾ ਜਿਹੜੇ ਨੇ ਕੀਤਾ ਸੀ ਰੋਟੀਆਂ ਵਾਲੀ ਜ਼ਿਕਰ ਕੋਈ ਨਹੀਂ ਪਕਾਈਆਂ ਕਿਉਂਕਿ ਘਰ ਦੀ ਸਾਰੀ ਸਾਫ਼ ਸਫਾਈ ਦਾ ਕੰਮ ਜਿਹੜਾ ਇਹ ਸ਼ੁਰੂ ਕਰਦੇ ਰਹੇ ਤੁਹਾਨੂੰ ਸਭ ਤੋਂ ਪਹਿਲੇ ਜਿਹੜੇ ਨਾ ਮੈਂ ਨੋਟ ਜਿਹੜੇ ਨੇ ਦਿਖਾਉਣਾ ਅੱਛਾ ਪਹਿਲੀ ਸ਼ਾਦੀ ਆ ਜਿਹਦੇ 'ਤੇ ਮੈਂ ਇੰਨਾ ਖਰਚਾ ਹੋ ਗਿਆ ਪੂਰੇ ਮਹੀਨੇ ਦੀ ਇੰਨਾ ਜਿਤਨੇ ਕਿ ਇੱਧਰੋਂ ਯੂਟਿਊਬ ਵਾਲੀ ਸੈਲਰੀ ਆਉਂਦੀ ਸੀ ਨਾ ਸਾਰੀ ਖਰਚ ਹੋ ਗਈ ਆ ਮੁਕੰਮਲ ਟੋਟਲ ਜਿਤਨੀ ਇੱਕ ਆਈ ਕਿਉਂਕਿ ਬਿੱਲ ਵੀ ਜਿਵੇਂ ਮੈਂ ਕਿਹਾ ਸੀ ਨਾ ਇਸ ਮਹੀਨੇ ਬਿੱਲ ਕੋਈ ਨਹੀਂ ਤਾਰਿਆ ਅਤੇ ਦੋਧੀ ਬਾਈ ਨੂੰ ਮੈਂ ਆਖਿਆ ਮੈਂ ਅਗਲੇ ਮਹੀਨੇ ਤੈਨੂੰ ਜੇ ਇੰਨਾ ਇਕੱਠੇ ਪੈਸੇ ਜੇ ਇੰਨਾ ਦੇ ਦੇਵਾਂਗੇ ਅਤੇ ਸ਼ਾਦੀ ਆ ਇਹ ਜੇ ਇੰਨਾ ਅਟੈਂਡ ਕਰ ਲਈ ਉਹਨੇ ਆਖਿਆ ਚਲੋ ਠੀਕ ਹੈ ਇਸ ਕਰਕੇ ਫਿਰ ਜਿੰਨੇ ਕੀ ਇੱਧਰੋਂ ਜੇ ਇੰਨਾ ਪੈਸੇ ਮਿਲੇ ਨਾ ਅਤੇ ਉਹ ਸਾਰੇ ਜੇ ਇੰਨਾ ਸਾਡੇ ਸ਼ਾਦੀ 'ਤੇ ਖਰਚ ਹੋ ਗਏ ਪੂਰੇ ਮਹੀਨੇ ਦੀ ਸੈਲਰੀ ਐਂ ਨੋ ਅਤੇ ਉੱਪਰ ਉਹਨਾਂ ਨੇ ਟੇਪ ਜੇ ਇੰਨਾ ਲਾ ਕੇ ਦਿੱਤੀ ਹੈ ਮੈਨੂੰ ਇੰਨੇ ਜ਼ਿਆਦਾ ਜੇ ਇੰਨਾ ਕੜਕ ਨੋਟ ਤਾਂ ਨਹੀਂ ਨੇ ਇਹ ਲਈ ਜੀ ਚਾਰ ਕਾਪੀਆਂ ਜੀ ਲੈ ਕੇ ਮੈਂ ਕਿਉਂਕਿ ਦੋ ਹੁਣ ਮਹਿੰਦੀ ਵਾਲੀ ਰਾਤ ਖਰਚ ਹੋ ਜਾਣੀਆਂ ਅਤੇ ਦੋ ਸਵੇਰੇ ਜੇ ਨਾ ਬਰਾਤ ਨਾਲ ਖਰਚ ਹੋ ਜਾਣਗੀਆਂ ਚਾਰ ਕਾਪੀਆਂ ਜੀ ਲੈ ਕੇ ਆਇਆ ਪੈਸੇ ਹੈਲੋ ਤੇ ਅੰਦਰ ਰੱਖ ਦੇ ਅਤੇ ਰੋਟੀ ਸਾਲਾਂ ਦੀ ਜੇ ਨਾ ਤਿਆਰੀ ਕਰ ਮਸਾਲਾ ਵਗੈਰਾ ਜੇ ਨਾ ਬਣਾ ਇੰਦਰ ਰੱਖ ਦੇ ਉਧਰ ਜੇ ਨਾ ਸਿਫਲ ਮਾਰੀ ਠੀਕ ਹੈ ਮੈਂ ਸਭ ਤੋਂ ਪਹਿਲਾਂ ਉਲਾਰਾ ਚਾਹ ਲੈਣੀ ਹੈ ਤਾਂ ਉਲਾਰਾ ਉਲਾਰਾ ਚਾੜ ਕੇ ਮੁੜ ਦੇ ਕੀ ਕਰੋਗੇ ਕੰਮ ਜਿਹੜਾ ਨਾ ਕੱਲ ਇਸ ਤਰ੍ਹਾਂ ਵਗੈਰਾ ਜਿਹੜਾ ਨਾ ਆਜੋ ਤਾਂ ਵੀ ਕਾੜ ਲੈਣ ਨਵੇਂ ਸਾਰੇ ਚਲੋ ਠੀਕ ਹੋ ਗਏ ਹਾਂ ਬਿਸਤਰੇ ਮਹਿਮਾਨਾਂ ਵਾਸਤੇ ਜਿਹੜਾ ਕੱਢ ਕੇ ਰੱਖ ਲੈਣੇ ਯਾਦ ਹੀ ਨਹੀਂ ਰਹਿ ਉਹ ਛੋਟੀ ਛੋਟੀ ਚੀਜ਼ਾਂ ਜਿਹੜੀ ਨਾ ਉਹ ਮੁਲਾਇਮ ਨਾ ਉਹ ਮੈਂ ਨਾ ਆਹ ਛੋਟੀ ਛੋਟੀ ਚੀਜ਼ਾਂ ਜਿਹੜੀ ਨਾ ਸਾਰੀਆਂ ਲੈਂਦਾ ਰਿਹਾ ਨਾ ਯਾਦ ਹੀ ਨਹੀਂ ਰਿਹਾ ਮੇਰੇ ਨਹੀਂ ਨਹੀਂ ਲੈ ਕੇ ਆਵਾਂਗਾ ਲਾਜ਼ਮੀ ਲੈ ਕੇ ਆਵਾਂਗਾ ਅੱਛਾ ਗਰਮੀਆਂ ਹੋਵੇ ਨਾ ਤੇ ਕੋਈ ਪਰੇਸ਼ਾਨੀ ਨਹੀਂ ਹੁੰਦੀ ਮਹਿਮਾਨਾਂ ਦੀ ਇੰਨੀ ਤਿਆਰੀ ਨਹੀਂ ਕਰਨੀ ਪੈਂਦੀ ਸਰਦੀਆਂ ਦੀ ਬਹੁਤ ਤਿਆਰੀ ਕਰਨੀ ਪੈਂਦੀ ਹੈ ਅਰ ਬੇਗਮ ਇੰਨੀ ਜ਼ਿਆਦਾ ਖੁਸ਼ ਨੇ ਆ ਜਾਂਦੇ ਸਾਰੇ ਭੈਣਾਂ ਭਰਾ ਜੇ ਨਾ ਆ ਰਹੇ ਨੇ ਭਰਜਾਈਆਂ ਵੀ ਭੈਣਾਂ ਵੀ ਮਾਂ ਪਿਓ ਵੀ ਇਹਦਾ ਸਾਰੇ ਆ ਰਹੇ ਨੇ ਹਾਂ ਸਾਡੇ ਇੱਥੇ ਪੁਰਾਣੇ ਜੇ ਨਾ ਨਹੀਂ ਆਏ ਨੇ ਕਿਉਂਕਿ ਬਾਜੀ ਨਹੀਂ ਨੇ ਆਉਣਾ ਸੀ ਨਾ ਉਹਦੀ ਤਬੀਅਤ ਜੇ ਖਰਾਬ ਹੋ ਗਈ ਨਾ ਬੱਚਿਆਂ ਦੀ ਤਬੀਅਤ ਖਰਾਬ ਹੋ ਗਈ ਇਸ ਵਜ੍ਹਾ ਤੋਂ ਉਹ ਨਹੀਂ ਆ ਸਕੇ ਅਸੀਂ ਦੋਵੇਂ ਕਮਰੇ ਜੇ ਨਾ ਖਾਲੀ ਕੀਤੇ ਆ ਨਾ ਵੀ ਇੱਕ ਬਾਜੀ ਨਹੀਂ ਦੀ ਫੈਮਿਲੀ ਠਹਿਰੇਗੀ ਔਰ ਇੱਕ ਕਮਰੇ ਜੇ ਨਾ ਬਾਈ ਵਿਕਾਸ ਬਾਈ ਇਮਰਾਨ ਔਰ ਦੀ ਫੈਮਿਲੀ ਜੇ ਨਾ ਠਹਿਰ ਜਾਵੇਗੀ ਤੇ ਅਗਲੇ ਛੋਟੇ ਨਵੇਂ ਕਮਰੇ ਦੇ ਵਿੱਚ ਜੇ ਨਾ ਅਸੀਂ ਜੇ ਨਾ ਫੈਮਿਲੀ ਠਹਿਰ ਜਾਈ ਆ ਲੇਕਿਨ ਬਾਜੀ ਨਹੀਂ ਜੇ ਨਾ ਨਹੀਂ ਆ ਰਹੀ ਉਹਨੇ ਸਵੇਰੇ ਬਰਾਤ ਵਾਲੇ ਦਿਨ ਨਹੀਂ ਆਉਣਾ ਵੇਖੋ ਸਵੇਰੇ ਵੀ ਉਹ ਰਾਤ ਰਵਣਗੇ ਕਿ ਨਹੀਂ ਰਵਣਗੇ ਲੇਕਿਨ ਅੱਜ ਫਿਲਹਾਲ ਨਹੀਂ ਆ ਰਹੇ ਇਸ ਕਰਕੇ ਜੇ ਨਾ ਸੁਬਹ ਦਾ ਜੇ ਨਾ ਕੋਈ ਪਰੇਸ਼ਾਨ ਬਹੁਤ ਅਸੇ ਜਾ ਫਾਤਮਾ ਜੀ ਇੰਨਾ ਹਾਂ ਤਿਆਰ ਨਹੀਂ ਹੋਈ ਹਾਲੇ ਸ਼ਾਮੇ ਤਿਆਰ ਹੋਣਾ ਆਪਣੀਆਂ ਕਾਲੀਆਂ ਮਸਤ ਹਾਲੇ ਨਹੀਂ ਤਿਆਰ ਹੋ ਦੰਮੀ ਹੋਣਾ ਤਿਆਰ ਇਹ ਤੇ ਕਹਿ ਰਹੀ ਦੰਮੀ ਤਿਆਰ ਹੋਣਾ ਚੱਲ ਜਾਓ ਖੇਲੋ ਹਾਂ ਨਹੀਂ ਖੇਲੋ ਕਿਉਂ ਚਲੋ ਠੀਕ ਹੈ ਔਰ ਬੇਗਮ ਹੁਣ ਮਸਾਲਾ ਬਣਾ ਰਹੀ ਹੈ ਤਾਂ ਕਿ ਰੋਟੀ ਸਾਲਾਂ ਦਾ ਜਿਹੜਾ ਪਹਿਲੇ ਜਿਹੜਾ ਕਰ ਲਈਏ ਦੂਸਰੇ ਮਹਿਮਾਨਾਂ ਦੇ ਆਉਣ ਤੋਂ ਪਹਿਲੇ ਜਿਹੜਾ ਨਾ ਖਾਣਾ ਤਿਆਰ ਹੋਵੇ ਠੀਕ ਬਾਪੀ ਆਟਾ ਗੁੰਦੀ ਮੈਂ ਹਾਂ ਸਾਲਨ ਬਣਾ ਲੈਂਦੀ ਆ ਤੰਦੂਰੀ ਬਾਲ ਦੇਵਾਂਗੇ ਤਵੇ ਹਾਂ ਤੰਦੂਰ ਤੇ ਰੋਟੀਆਂ ਬਣਾਵਾਂਗੇ ਤਵੇ ਨੂੰ ਇੱਕ ਵਾਰ ਜਿਹੜਾ ਸਾਰੀਆਂ ਰੋਟੀਆਂ ਪੱਕ ਜਾਵਣਗੀਆਂ ਤੰਦੂਰ ਤੇ ਨਾਲੇ ਜਿਹੜੇ ਨਾ ਸਾਰੇ ਮਹਿਮਾਨ ਨੇ ਤੇਰੇ ਚਿਰ ਪਾਂਚ ਜਸ ਲੈ ਕੇ ਸਾਲਨ ਦੇ ਤਿਆਰ ਹੋਣਗੇ
ਅਸੀਂ ਵੀ ਹਲੇ ਤਿਆਰ ਹੋਣਾ, ਬੱਚਿਆਂ ਨੂੰ ਤਿਆਰ ਕਰਨਾ। ਨਹੀਂ ਰੋਟੀ ਸਾਲਣ ਦੀ ਪਹਿਲੇ ਕਰ ਲਓ ਨਾ, ਉੱਥੇ ਸ਼ਾਮ ਨੂੰ ਜਾਣਾ ਨਾ। ਕੱਲ ਇਹ ਆ ਕਿ ਆਪਾਂ ਜਿਹੜੇ ਜਾਵਾਂਗੇ ਤਕਰੀਬਨ 11-12 ਵਜੇ ਜਾਵਾਂਗੇ। ਹਾਂਜੀ, ਕਿਉਂਕਿ ਬਰਾਤ ਦੀ ਇੰਨਾ ਤਕਰੀਬਨ ਬਰਾਤ ਹੀ ਸੈਕਿੰਡ ਟਾਈਮ ਹੀ ਹੋਣੀ 3-4 ਵਜੇ, ਲੇਕਿਨ ਆਪਾਂ ਕੱਲ ਟਾਈਮ ਨਾਲ ਚਲੇ ਜਾਵਾਂਗੇ। ਅੱਜ ਤਾਂ ਮਹਿੰਦੀ ਹੋਣੀ ਤੇ ਮਹਿੰਦੀ ਲੇਟ ਹੀ ਰਾਤ 7-8 ਵਜੇ ਸ਼ੁਰੂ ਹੋਣੀ। ਹਾਂ, ਇੱਥੋਂ ਤਕਰੀਬਨ 7-1 ਵਜੇ ਕੋਲ ਚਲੇ ਜਾਵਾਂਗੇ ਆਪਾਂ 6 ਵਜੇ। ਰੋਟੀ ਸਾਲਣ ਸਾਰਾ ਬਣਾਉਣਾ ਪੈਣਾ ਸੀ, ਲੇਕਿਨ ਬਾਬੀ ਹੁਣ ਇਹਨਾਂ ਦੀ ਆਟਾ ਗੁੰਨ ਰਹੀ ਹੈ, ਮਸਾਲਾ ਵਗੈਰਾ ਜਿਹੜਾ ਬਣਾ ਦੇ, ਇੱਕ ਰੋਟੀ ਬਣਾ ਲਵੇਗੀ, ਇੱਕ ਸਾਲਣ ਬਣਾ ਲੈ, ਛੇਤੀ ਹੋ ਜਾਵਣਗੇ। ਔਰ ਬੇਗਮ ਹੀ ਹੁਣ ਸਾਲਣ ਬਣਾ ਰਹੀ ਆ, ਔਰ ਦੁੱਧ ਜਿਹੜਾ ਬੱਚਿਆਂ ਵਾਸਤੇ ਪਹਿਲੇ ਜੇ ਨੋ ਉਬਾਲ ਰਹੇ ਆ, ਔਰ ਸਾਲਣ ਜਿਹੜਾ ਪਿਆਜ਼ ਜਿਹੜਾ ਇਹ ਤੜਕਾ ਲੱਗ ਰਿਹਾ। ਔਰ ਘੀ ਵੱਡਾ ਪੈਕਟ ਕੋਈ ਨੀ ਮਿਲਿਆ, ਤੇ ਪਾਈਏ ਪਾਈ ਵਾਲੇ 2 ਪੈਕਟ ਲੈ ਆਉਂਦੇ। ਨਹੀਂ ਸੁਬਹ ਲੈ ਆਵਾਂਗੇ ਨਾ ਕਿਲੋ ਇੱਕ, ਸ਼ਾਦੀ ਦਾ ਗੁਜ਼ਾਰਾ ਕਿੱਥੇ ਹੋ ਜਾਣਾ, ਸੁਬਹ ਫਾਸਟ ਟਾਈਮ ਨਾਸ਼ਤੇ 'ਚ ਪਰਾਠੇ ਬਣਨੇ ਨੇ, ਕਿਲੋ ਲੈ ਆਵਾਂਗੇ ਹੁਣ। ਹਾਂ ਫਿਰ ਦੁਕਾਨ ਸਮਾਨ ਪਾਵਾਂਗੇ ਇਨਸ਼ਾਲਾ, ਹਾਂ ਘਰ ਵਾਸਤੇ ਉਹ ਵੀ ਲੈ ਆਵਾਂਗੇ। ਇੱਥੇ ਨਾ ਕਿਚਨ ਨੇ ਰੱਖੀ ਕਰ, ਇਹਨਾਂ ਕੋਲ ਰਾਬਤਾ ਹੋਇਆ ਮੇਰਾ ਤਾਂ ਕਹਿ ਰਹੇ ਤਕਰੀਬਨ 1/2 ਘੰਟੇ ਤੀਕਰ ਪਹੁੰਚ ਜਾਣਗੇ। ਕੱਲੇ ਪਿਆ ਦਿੰਦੇ ਸਾਰਾ ਗੋਸ਼ਤ ਪਕਾ ਦੇ, ਫਿਰ ਬੱਚੇ ਵੀ ਹੋਣੇ ਨਾ, ਹਾਂ ਸਾਰੇ ਜਿਹਨੇ ਰਾਜ ਖਾ ਲਵੇ। ਹਾਂਜੀ, ਤੇ ਮਸਾਲਾ ਵੀ ਜਿਹਨਾਂ ਤਿਆਰ ਹੋ ਗਿਆ, ਰੋਣ ਪੈ ਰਹੀ, ਲਾਲ ਮਿਰਚ, ਦੂਸਰੀਆਂ ਮਿਰਚਾਂ ਜਿਹਨਾਂ ਇੱਧਰ ਗ੍ਰੈਂਡ ਹੋ ਰਹੀਆਂ ਨਾਲੇ ਕਿਚਨ। ਹਾਂਜੀ, ਤੇ ਚਿਕਨ ਅਸੀਂ ਜਿਹੜਾ ਸਾਰਾ ਜਿਹੜਾ ਪਾ ਤਾ ਅੱਛੀ ਤਰੀਕੇ ਨਾਲ ਜਿਹੜਾ ਬੁੰਨ ਲੈਂਦੇ ਹਾਂ। ਬਰਤਨ ਛੋਟਾ ਹੈ ਨਾ, ਬਰਤਨ ਜਿਹੜਾ ਛੋਟਾ। ਹਾਂਜੀ, ਤੇ ਨੁਮਾਨ ਮਾਸ਼ਾਅੱਲਾ ਹੋ ਗਿਆ ਤਿਆਰ। ਕੰਗਾ ਕੋਈ ਨਹੀਂ ਕੀਤਾ ਹਾਲੇ, ਜੁੱਤੀ ਵੀ ਨਹੀਂ ਪਾਈ ਹਾਲੇ ਤੱਕ ਯਾਰ, ਬੜਾ ਪਿਆਰਾ ਲੱਗ ਰਿਹਾ। ਰਹਿਣ ਦੇ, ਬਟਨ ਦੇਣੇ ਕੋਟ ਐਵੇਂ ਹੀ ਰਹਿਣ ਦੇ। ਹਾਂ ਬਹੁਤ ਖੂਬਸੂਰਤ ਲੱਗ ਰਿਹਾ, ਕਿਆ ਬਾਤ ਹੈ, ਕਿਆ ਬਾਤ ਹੈ ਨੁਮਾਨ, ਕਿਆ ਬਾਤ ਹੈ। ਉਹ ਨੁਮਾਨ ਸਕੂਲ ਚੋਂ ਆਇਆ ਤਾਂ ਫੌਰਨ ਜਿਹੜਾ ਵਾਲ ਕਟਿੰਗ ਕਰਾਏ ਸੀ, ਵਾਲ ਕਟਿੰਗ ਕਰਾ ਕੇ ਨਾਤਾ ਨਹਾ ਕੇ ਉਹਨੇ ਸੂਟ ਜਿਹਾ ਚੇਂਜ, ਤੇਲ ਵੀ ਲਾ ਲਾ ਸਿਰ ਤੇ, ਦੁਕਾਨ 'ਚ ਪਿਆ ਆਪਣਾ ਉੱਪਰ ਜਿਹੜਾ ਫੱਟੇ ਤੇ, ਠੀਕ ਹੈ ਨਾ। ਤੇ ਕੰਘਾ ਕਰ, ਬੂਟ ਪਾ, ਫਿਰ ਆਣ ਕੇ ਮੈਨੂੰ ਮਿਲੇ, ਠੀਕ ਹੈ ਨਾ। ਹਾਂ ਕਿਆ ਬਾਤ ਹੈ ਨੁਮਾਨ, ਕਿਆ ਬਾਤ ਹੈ। ਔਰ ਨਿਜਾਬ ਫਾਤਮਾ ਤੇ ਹਲੀਮਾ ਸਾਦੀਆਂ ਨੇ ਹੁਣ ਤਿਆਰ ਹੋਣਾ, ਬਸ ਬੇਗਮ ਜਿਹੜਾ ਮਹਿਮਾਨਾਂ ਵਾਸਤੇ ਖਾਣਾ ਜਿਹੜਾ ਬਣਾ ਲਵੇ ਜੀ। ਤੇ ਮੈਂ ਵੀ ਬਹਿਰ ਆ ਗਏ, ਔਰ ਮਹਿਮਾਨ ਜਿਹੜੇ ਸਾਡੇ ਹੋਰ ਵੀ ਆ ਰਹੇ ਨੇ, ਬਾਕੀ ਜਿਹੜਾ ਕੁਛ ਮਹਿਮਾਨ ਜਿਹੜਾ ਹੋਰ ਆ ਰਹੇ ਨੇ, ਔਰ ਫੈਮਲੀਆਂ ਜਿਹੜੀਆਂ ਸਾਡੇ ਲਿਆਣੀਆਂ ਤਾਂ ਮਾਸ਼ਾਅੱਲਾ ਜੀ 3-4, ਲੇਕਿਨ ਹੁਣ ਮਾਸ਼ਾਅੱਲਾ ਜੀ 7-8 ਫੈਮਲੀਆਂ ਜਿਹੜੀਆਂ ਆ ਗਈਆਂ, ਕੁਛ ਹੋਰ ਵੀ ਰਿਸ਼ਤੇਦਾਰ ਆਏ ਨੇ ਉੱਧਰ ਜਿਹੜਾ ਆਏ ਨੇ, ਜੇਕਰ ਸ਼ਾਦੀ ਆ ਉੱਧਰੋਂ ਜਿਹੜਾ ਕੁਆਸਲਮ ਲੈ ਕੇ ਇੱਥੇ ਜਿਹੜਾ ਆ ਗਏ ਨੇ ਮੇਰੇ ਕੋਲ ਹੀ, ਮਾਸ਼ਾਅੱਲਾ ਜਿਹੜਾ ਪੂਰਾ ਘਰ ਜਿਹੜਾ ਮਹਿਮਾਨਾਂ ਨਾਲ ਜਿਹੜਾ ਫੁੱਲ ਹੋਇਆ ਪਿਆ, ਹਾਲੀ ਤੀਕਰ ਜਿਹੜਾ ਮਹਿਮਾਨ ਹੋਰ ਜਿਹੜਾ ਆ ਰਹੇ ਨੇ, ਜੇ ਸਫ਼ਰ ਵਾਲੇ ਨੂੰ ਹਾਲੀ ਤੀਕਰ ਜਿਹੜਾ ਹੁਣ ਪਹੁੰਚਣ ਵਾਲੇ ਨੇ, ਕਿਉਂਕਿ ਇੱਕ ਤਾਂ ਜਿਹੜਾ ਲੇਟ ਹੋ ਗਈ ਵਿਕਾਸ ਬਾਈ ਦੀ ਲੇਟ, ਇਸ ਕਰਕੇ ਹੋ ਗਈ ਕਿਉਂਕਿ ਅਸੀਂ ਜਿਹੜੇ ਸੂਟ ਸੀਪਣੇ ਜਿਹੜਾ ਦੇ ਕੇ ਆਇਆ ਸੀ ਨਾ, ਅਤੇ ਉਹਨਾਂ ਨੇ 4 ਵਜੇ ਦਾ ਨਾਮ ਲਿਆ ਸੀ ਵੀ 4 ਵਜੇ ਸੂਟ ਜਿਹੜਾ ਤੁਹਾਡੇ ਸੀਪ ਜਾਣਗੇ, ਤਾਂ ਸੂਟਾਂ ਦੀ ਇੰਤਜ਼ਾਰ ਹੈ ਜਿਹੜਾ ਹਾਲੀ ਤੀਕਰ ਜਿਹੜਾ ਉੱਥੇ ਬੈਠੇ ਨੇ, ਸੂਟ ਜਿਹੜਾ ਰਹਿ ਗਿਆ ਮੇਰੇ ਵਾਲਾ ਸੀਪ ਗਿਆ ਸੂਟ,
ਦੂਸਰਾ ਵਿਕਾਸ ਬਾਈ ਤਾਂ ਰਹਿੰਦਾ, ਇਮਰਾਨ ਬਾਈ ਦੇ ਜਿਹੜਾ ਸੀਟ ਗਿਆ, ਕਿਉਂਕਿ ਤਿੰਨੇ ਅਸੀਂ ਜਿਹੜਾ ਸੂਟ ਤੁਸੀਂ ਚਲੋ ਲਏ ਸੀ ਨਾ ਸੇਮ ਕਲਰ ਦੇ, ਇੱਕੋ ਜਿਹੇ ਜਿਹੜਾ ਅਸੀਂ ਲਏ ਸੀ ਤਿੰਨੇ ਬੇਗਮ ਦੇ, ਕਿਉਂਕਿ ਵਿਕਾਸ ਜਿਹੜਾ ਬੇਗਮ ਦਾ ਵੱਡਾ ਭਾਈ ਔਰ ਇਮਰਾਨ ਜਿਹੜਾ ਛੋਟਾ, ਅਤੇ ਅਸੀਂ ਤਿੰਨੇ ਸੂਟ ਜਿਹੜੇ ਇੱਕੋ ਕਲਰ ਦੇ ਜਿਹੜਾ ਲਏ ਨੇ, ਅਤੇ ਉਹ ਹਾਲੇ ਤਿੱਕਰ ਜਿਹੜਾ ਸੂਟ ਸਿਲਾਈ ਹੋਵਣਗੇ ਤੋਂ ਆਵਣਗੇ, ਫਿਰ ਹਾਲੇ ਤਿੱਕਰ ਜਿਹੜਾ ਉੱਥੇ ਹੀ ਸਾਹੀਵਾਲ ਤੋਂ ਅੱਗੇ ਜਿਹੜਾ ਕਾਫੀ ਸਰਸਫਤ, ਕਿਉਂਕਿ ਮੈਂ ਇੱਥੇ ਜਿਹੜਾ 50-60 ਕਿਲੋਮੀਟਰ ਬਣਦਾ, ਅਤੇ ਹਾਲੇ ਤਿੱਕਰ ਉੱਥੇ ਜਿਹੜਾ ਉਹਨਾਂ ਨੇ ਹੁਣ ਆਉਣਾ, ਉਹਦੇ ਮਹਿਮਾਨ ਜਿਹੜਾ ਹੋਰ ਆਏ ਨੇ, ਮੋਟਰਸਾਈਕਲ ਜਿਹੜਾ ਉਹਨਾਂ ਦਾ ਖੜਾ, ਅਤੇ ਅੰਦਰ ਜਿਹੜਾ ਚੱਲੇ ਆ ਚੱਲ ਮਹਿਮਾਨਕ ਬਣਿਆ, ਦੂਸਰਿਆਂ ਦਾ ਜਿਹੜਾ ਇੰਤਜ਼ਾਰ ਕਰਨੇ ਆ। ਔਰ ਜੀ ਅੱਜ ਦੇ ਵਾਲਾ ਵਿਲਾਗ ਵੀ ਕਰ ਰਹੇ ਹਾਂ ਛੋਟਾ ਜਿਹਾ ਇੱਥੇ ਖਤਮ, ਇਨਸ਼ਾਲਾ ਮਿਲਦੇ ਹਾਂ ਇੱਕ ਨੈਕਸਟ ਅੱਛੇ ਤੋਂ ਅੱਛੇ ਵਿਲਾਗ ਦੇ ਵਿੱਚ, ਔਰ ਸੁਬਹ ਵਾਲਾ ਵਿਲਾਗ ਜਿਹੜਾ ਤੁਸੀਂ ਲਾਜ਼ਮਨ ਜਿਹੜਾ ਦੇਖਣਾ ਹੈ ਜਾਂ ਫੈਮਿਲੀ ਵਿਲਾਗ 'ਤੇ, ਕਿਉਂਕਿ ਮੈਂ ਹੁਣ ਜਿਹਨ ਜਾਵਾਂਗਾ ਨਾ ਰਾਤ ਨੂੰ ਮਹਿੰਦੀ 'ਤੇ, ਅਤੇ ਪੂਰਾ ਜਿਤਨੇ ਕਿ ਮਤਲਬ ਜਿਵੇਂ ਇੱਥੋਂ ਦੀਆਂ ਰਸਮਾਂ ਹੁੰਦੀਆਂ ਨੇ, ਜਿਸ ਤਰ੍ਹਾਂ ਦੇ ਰਿਵਾਜ਼ ਹੁੰਦੇ ਨੇ ਸ਼ਾਦੀ, ਮਤਲਬ ਬਿਲਕੁਲ ਗਾਉਣ ਦੀ ਪਿੰਡ ਦੀ ਜਿਹੜੀ ਕਿਸ ਤਰ੍ਹਾਂ ਦੀ ਹੁੰਦੀ ਆ, ਕਿਉਂਕਿ ਮੈਂ ਉੱਧਰ ਗਿਆ ਸੀ ਨਾ ਸ਼ਾਦੀ 'ਤੇ, ਬਾਜੀ ਨਹੀਂ ਦੇਵਾ ਜੀ ਸ਼ਾਦੀ ਹੋਈ ਸੀ, ਕਾਫੀ ਸਾਰੀ ਕਮੈਂਟ ਵਗੈਰਾ ਹੋਏ ਸੀ ਕਿ ਇਹ ਰਸਮ ਸਾਡੇ ਵੱਲ ਹੁੰਦੀ ਆ, ਇਹ ਰਸਮ ਨਹੀਂ ਹੁੰਦੀ ਆ, ਅਤੇ ਫਿਲਹਾਲ ਇੱਥੇ ਕਿਹੜੀ ਰਸਮ ਹੁੰਦੀ ਆ ਚੱਲ ਕੇ ਜਿਹਨੂੰ ਸਾਰੀ ਮਹਿੰਦੀ ਦੀ ਟੋਟਲ ਰਸਮ ਜਿਹਨੂੰ ਤੁਹਾਡੇ ਨਾਲ ਜਿਹਨੇ ਸ਼ੇਅਰ ਕਰਾਂਗੇ, ਕਿਉਂਕਿ ਹੁਣ ਮਹਿਮਾਨ ਵੀ ਆ ਜਾਂਦੇ ਨੇ, ਖਾਣਾ ਪਾ ਕੇ ਤਿਆਰ ਹੋ ਗਿਆ ਨਾ, ਸਾਲਣ ਪਾ ਗਿਆ ਤਾਂ ਰੋਟੀਆਂ ਜਿਹੜੀਆਂ ਬੇਗਮ ਹੁਣ ਲਾ ਰਹੀ ਆ, ਔਰ ਅੱਜ ਦੇ ਵਾਲਾ ਵਿਲਾਗ ਵੀ ਕਰ ਰਿਹਾ ਇੱਥੇ ਖਤਮ, ਸ਼ਾਮ ਵਾਲੇ ਹਾਂ ਹਾਂ, ਅਤੇ ਇਨ ਸ਼ਾਲਾ ਆਪਣਾ ਡੇਟ ਸਾਰਾ ਖਿਆਲ ਰੱਖਿਆ ਜੇ, ਦੁਆਵਾਂ 'ਚ ਯਾਦ ਰੱਖਿਆ ਜੇ, ਇਹਨਾਂ ਦੁਆਵਾਂ ਦੇ ਨਾਲ ਦੇ ਇਜਾਜ਼ਤ, ਅੱਲਾ ਹਾਫਿਜ਼।